ਪਟਿਆਲਾ ਨਾਭਰੋੜਤੇ ਸਥਿਤ ਪੀਆਰਟੀਸੀ ਦੀ ਵਰਕਸ਼ਾਪ ਕੋਲ ਹਥਿਆਰਾਂ ਦੀ ਲੋਕ ਤੇ ਕਾਰ ਖੋਣ ਦੀ ਘਟਨਾ ਸਾਹਮਣੇ ਆਈ ਸੀ, ਜਿਨ੍ਹਾਂ ਬਦਮਾਸ਼ਾਂ ਦੇ ਨਾਲ ਪਟਿਆਲਾ ਪੁਲਿਸ ਦੀ 500 ਰੋਡ ਤੇ ਮੁੱਠਭੇੜ ਤੋਂ ਬਾਅਦ ਤਿੰਨਾਂ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮੁਕਾਬਲੇ ਦੀ ਅਗਵਾਈ SSP ਮਨਦੀਪ ਸਿੰਘ ਸਿੱਧੂ ਨੇ ਕੀਤੀ। ਵੱਖ ਵੱਖ ਪਾਰਟੀਆਂ ਬਣਾਈਆਂ ਹੋਈਆਂ ਸੀ, ਅਸੀਂ ਲੱਗੇ ਹੋਏ ਸੀ ਇਹਦੇ ਵਿੱਚ। ਸਾਨੂੰ ਇਹਦੇ ਬਾਰੇ ਇਤਲਾਹ ਮਿਲੀ ਸੀ ਕਿ ਮੂਵਮੈਂਟ ਇਹਨਾਂ ਦੀ ਇਸ ਪਾਸੇ ਆਈ ਹੈ। ਜਦੋਂ ਇੱਧਰੋਂ ਅਸੀਂ ਘੇਰ ਰਹੇ ਸੀ ਮਕਾਨ ਨੂੰ, ਤਾਂ ਇਹਨਾਂ ਨੇ ਵਹੀਕਲ ਉਹਦਾ ਭਜਾ ਲਿਆ। ਉਹਦੇ ਵਿੱਚੋਂ ਅਸੀਂ ਦੋ ਜਾਣੇ ਇਹਨੂੰ ਹੁਣ ਤੱਕ ਜਿਹੜੇ ਇਹਦੇ 'ਚੋਂ ਫੜ ਲਏ ਆ। ਇੱਕ ਹੈਗਾ ਮਨੀ, ਹੈਗਾ ਦੁੱਲਰ, ਦੁੱਲਰ, ਅਤੇ ਇਹ ਹੈਗਾ ਆਪਣਾ ਪਟਿਆਲੇ ਜ਼ਿਲ੍ਹੇ ਦਾ। ਇੱਕ ਨਵਨੀਤ ਹੈ ਕੈਥਲ ਦਾ।